ਦੇਖੋ ਸਿੱਧੂ ਸਾਹਿਬ ਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਸਾਰਾ ਇੱਕ ਸਾਜਿਸ਼ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਖਿਲਾਫ ਇਹ ਐਕਸ਼ਨ ਲਿਆ। ਇਹ ਤੈਅ ਸੀਗਾ ਜਿੱਦਣ ਸਿੱਧੂ ਨੇ ਇਹ ਇਲਜ਼ਾਮ ਲਾਏ ਸੀ ਨਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਮਿਲੀ ਭੁਗਤ ਦੀ ਰਾਜਨੀਤੀ ਕਰਦੇ ਆ, ਉਦੋਂ ਤੋਂ ਅਮਰਿੰਦਰ ਸਿੰਘ ਨੇ ਠਾਣ ਲਿਆ ਸੀਗਾ ਕਿ ਸਿੱਧੂ ਨੂੰ ਕਾਂਗਰਸ 'ਚ ਰਹਿਣ ਨਹੀਂ ਦੇਣਾ ਅਤੇ ਉਹਦੇ 'ਤੇ ਬੇਬੁਨਿਆਦ ਇਲਜ਼ਾਮ ਲਾ ਕੇ ਉਹਨੂੰ ਕੱਢਤਾ। ਔਰ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਕੈਪ ਨਵਜੋਤ ਸਿੰਘ ਸਿੱਧੂ ਆਪਣਾ ਫੈਸਲਾ ਨਾ ਜਿਹੜਾ ਉਹ ਆਪਣੀ ਪੂਰੀ ਪੜਚੋਲ ਕਰਕੇ ਫੈਸਲਾ ਲੈਣ। ਜੇ ਉਹਨਾਂ ਨੇ ਕਾਂਗਰਸ ਵਿੱਚ ਰਹਿਣਾ ਇਹ ਵੀ ਉਹਨਾਂ ਦਾ ਫੈਸਲਾ, ਜੇ ਕਾਂਗਰਸ 'ਚੋਂ ਬਾਹਰ ਨਿਕਲ ਕੇ ਅਤੇ ਜਿੱਦਾਂ ਇੱਕ ਉਹ ਫਰੰਟ ਫੁੱਟ 'ਤੇ ਬੈਟਿੰਗ ਕਰਦੇ ਸੀ ਪਹਿਲਾਂ ਕ੍ਰਿਕਟ ਵਿੱਚ ਆਉਣ। ਪੰਜਾਬ ਦੇ ਇੰਨੇ ਮਸਲੇ ਨੇ, ਪੰਜਾਬ ਦੇ ਲੋਕ ਬੇਹਾਲ ਨੇ, ਪੰਜਾਬ ਦੇ ਲੋਕ ਬਿਲਕੁਲ ਬੇਆਸ ਹੋ ਚੁੱਕੇ ਨੇ ਇਹਨਾਂ ਰਵਾਇਤੀ ਪਾਰਟੀਆਂ ਤੋਂ। ਉਹ ਬਾਹਰ ਨਿਕਲਣ, ਲੋਕਾਂ ਲਈ ਜੱਦੋਜਹਿਦ ਕਰਨ। ਸਾਡਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਉਹਨਾਂ ਦਾ ਮਾਣ ਸਤਿਕਾਰ ਕਰੇਗਾ। ਅਸੀਂ ਚਰਚਾ ਕਰਕੇ ਅਗਰ ਕੋਈ ਨੌਬਤ ਆਈ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਵਧਾਉਣਾ, ਆਪਣਾ ਨਾਲ ਮੋਹਰੇ ਲਾਉਣਾ ਵਾ, ਤਾਂ ਅਸੀਂ ਉਸ 'ਤੇ ਵੀ ਵਿਚਾਰ ਵਿਮਰਸ਼ ਅੱਛੇ ਤਰੀਕੇ ਨਾਲ ਕਰਾਂਗੇ। ਤੁਸੀਂ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।